ਹੁਸੈਨ ਨਾ ਹੁੰਦਾ, ਹਰ ਪਾਸੇ ਰਾਮ ਰਾਮ ਹੁੰਦਾ, ਜੇ ਹੁਸੈਨ ਨਾ ਹੁੰਦਾ ਆਖਰੀ ਪੁਰਸ਼ ਮੇਰੇ ਭਾਈਆਂ ਦੀ ਸਾਲ ਦੀ ਮਿਹਨਤ ਬਜ਼ੁਰਗਾਂ ਤੇ ਐਨ ਜਦੋਂ ਘਰਾਂ ਚ ਬੰਦੀਏ ਰੋਂਦੀਆਂ ਅੱਖੀ ਹੋਵੇ ਬਜ਼ੁਰਗਾਂ ਦੀਆਂ ਗੱਲਾਂ ਬਜ਼ੁਰਗ ਫਰਮਾਨੇ ਜਦ ਘਰ ਵੱਲੋਂ ਨਾ ਅੱਖਾਂ ਚ ਗਮ ਹੋਵੇ ਰੋਂਦੀਆਂ ਅੱਖੀ ਹੋਵੇ ਤਾਂ ਕਿ ਮਾਲਕਾਂ ਨੂੰ ਪਤਾ ਲੱਗੇ ਸਾਡੇ ਮੁਗਾਣੀ ਹੁਣ ਵੱਲੇ ਲੈਂਦੇ ਲੱਤਾਂ ਬੇਵਸ ਦੀ ਮੇਰੀ ਤਾਂ ਕੋਈ ਜ਼ਾਕਰੀ ਨਹੀਂ ਮੈਂ ਤਾਂ ਪੁਰਸ਼ਾਂ ਦੇ ਬਣਾਇਆ ਮੈਂ ਤਾਂ ਸੁਲਝਣਾ ਪਾਕ ਬਰਾਮਦ ਕਰਾਉਣਾ ਦਰਦ ਤੇਰਾ ਆਪਣਾ ਲੱਤਾਂ ਬੇਵਸ ਦੀ ਬੇਲਾ
ਸ਼ਾਜ਼ੀ ਤੁਲੋ ਚਾਹਨਾ ਭਾਈ ਜਿਹੜੇ ਅਹਿਲੇ ਸੁਨਤ ਬੈਠੇ ਹੋ ਮੇਰੇ ਸੁਣੀਆਂ ਭਾਈਆਂ ਹੋ, ਅਸਾਂ ਘੋੜਿਆਂ ਦੇ ਪੁਜਾਰੀ ਨਹੀਂ। ਐ ਮਲਕਾਂ ਖੋਲੋ ਬੜੇ ਵੱਡੇ ਵੱਡੇ ਘੋੜੇ ਕੀਮਤੀ ਖਲੋਤੇ, ਅਸਾਂ ਕਦੀ ਡਿੱਠਾ ਹੀ ਨਹੀਂ। ਕਿਉਂ ਭਾਈ ਨਹੀਂ ਕਦੀ ਵੇਖਿਆ? ਗੌਰ ਹੀ ਕਦੀ ਨਹੀਂ ਕੀਤਾ। ਮਗਰ ਜਦਨ ਸ਼ਬੀ ਬਣ ਕਦੀ ਪੁੱਛ ਨਾ ਸਾਡੇ ਕੋਲ ਕਿਉਂ ਚੁੰਮਦੇ ਆ। ਲਾਇਆ ਕੁਰਾਨ ਮੇਰੇ ਸਰ ਤੇ ਰੱਖ, 9 ਲੱਖ ਮਰਦਾ ਇੱਕ ਹੈਵਾਨ ਬਚਾ। ਆਦਮ ਘੋੜਾ ਪੈਰ ਚੁੰਮ ਕੇ ਆਦਾ ਹੈ, ਤੂੰ ਜ਼ੀਨ ਤੇ ਚੜ ਮੈਂ ਸ਼ਬੀ ਲੈ ਆਣੀ ਹੈ ਭਾਈ। ਆਦਮ ਹੈਦਰ ਵੇਖੋ, ਮੈਂ ਮੰਗਿਆ ਸਾਂ ਬਾਬਾ ਗੋਲਾ ਦਾ ਮੌਲਾ ਚਾਲਾ ਮਲਾ ਕੇ ਨਿਕਲੂ। ਬੜੇ ਸੋਹਣੇ ਸੋਹਣੇ ਮੇਰੇ ਜਵਾਨ ਬੱਚੇ ਬੈਠੇ, ਸ਼ਾਲਾ ਜਵਾਨੀਆਂ ਮਾਣੋ। ਹਰ ਜ਼ਾਕਿਰ ਮੇਰਾ ਇਹ ਬੰਦ ਪੜਿਆ। ਅੱਜ ਤੋਂ 30 ਸਾਲ ਪਹਿਲੇ ਇਸ ਬੰਦ ਨੂੰ ਮੈਂ ਸ਼ੁਰੂ ਕੀਤਾ। ਇਸ ਬੰਦ ਤੇ ਮਜਲਸਾ ਬੁੱਕ ਗਈ, ਐਂਡ ਹੋ ਗਏ। ਘੋੜਾ ਦਾ ਮੌਲਾ ਚਾਰਾ ਮੈਂ ਲਾਇ ਕੇ ਨਿਕਲ ਵਿੱਚ, ਇਮਾਮ ਫਰਮੈਦਾ ਕਿਹਦੇ ਲੈ ਵਿੱਚ, ਮੌਲਾ ਹੁਕਮ ਦੇ ਖੇਮੇ ਬਹਿਣ ਕੋਲ ਪਹੁੰਚਾ, ਹੁਕਮ ਦੇ ਮਦੀਨੇ ਨਾਨੇ ਕੋਲ ਪਹੁੰਚਾ, ਹੁਕਮ ਦੇ ਨਜਫ ਕਰੀਬੇ। ਇਮਾਮ ਫਰਮੈਦਾ ਮੈਂ ਰਾਜ਼ੀ, ਮੇਰਾ ਅੱਲਾ ਰਾਜ਼ੀ, ਮੇਰਾ ਨਾਨਾ ਰਾਜ਼ੀ, ਮੇਰਾ ਬਾਬਾ ਰਾਜ਼ੀ। ਘੋੜਾ ਮੈਂ ਦੁਆ ਪਿਆ ਕਰੇ ਨਾ, ਅੱਜ ਤੂੰ ਲਾ ਕਿਆਮਤ ਤੱਕ ਸ਼ਹਾਦਤ ਮੇਰੀ ਪਰਿਸ਼ੀ, ਸ਼ਬੀ ਤੇਰੀ ਨਿਕਲ ਸੀ ਮੇਰੀ 4-4 ਸਾਲ ਦੀਆਂ ਛੋਟੀਆਂ ਛੋਟੀਆਂ ਦੀ, ਤੇਰੀ ਵਾਗ ਨਾਪ ਕੇ ਸਲਾਮ ਕਰੇ ਸਿਰ। ਘੋੜਾ ਰੋਣੇ ਮੈਂ ਹੁਸੈਨਾ, ਰੋਣੇ ਮੈਂ ਹੁਸੈਨਾ। ਮੌਲਾ ਹੈਵਾਨ ਸਮਝ ਕੇ ਬੇਪਰਵਾਹੀ ਕੀਤੀ ਹੈ। ਇਮਾਮ ਫਰਮਾਉਂਦੇ ਨਹੀਂ ਘੋੜਾ ਮੈਂ ਤੇਰੀ ਮਨੇ ਨਹਿਕ
ਮੌਲਾ ਕਿਹੜੀ ਮੰਨਾ ਇਮਾਮ ਫਰਮਾਇਦਾ ਨਾ ਖੈਮੇ ਲੈ ਵਨ ਨਾ ਮਦੀਨੇ ਲੈ ਵਨ ਨਾ ਨਜਫ ਲੈ ਵਨ ਜਿੱਥੇ ਮੈਂ ਹੁਸੈਨ ਖਾਉਂਦਾ ਹੀ ਲੈ ਵਨ ਮੌਲਾ ਕਿਹਦੇ ਲੈ ਵਨਾ ਇਮਾਮ ਤੇ ਵਾਰ ਉੱਠੇ ਤੇ ਵਾਰ ਬੈਠਾ ਰੋ ਕੇ ਫਰਮਾਇਦੇ ਨਾ ਕਿਹਨੂੰ ਮਾਨ ਅਕਬਰ ਦੀ ਬਿਸਮਿਲ੍ਲਾਹ ਕੇ ਪਿਓ